ਅਸਲਾਮ ਵਾਲੇਕੁਮ ਜੀ, ਆਬਦ ਐਗਰੀਕਲਚਰ ਦੇ ਅੰਦਰ ਦੋਸਤਾਂ ਨੂੰ ਖੁਸ਼ ਆਮਦੀਦ ਕਹਿੰਦੇ ਜੀ। ਮੀਆਂ ਚਨੂ ਗੱਲਾਂ ਮੰਡੀ ਮੌਜੂਦ ਆ ਜੀ ਦੋਸਤੋ, ਅਤੇ ਬਹਾਰਾਂ ਲੱਗੀਆਂ ਹੋਈਆਂ। ਔਰ ਸਭ ਤੋਂ ਵੱਡੀ ਜਿਹੜੀ ਖੁਸ਼ਖਬਰੀ ਦੀ ਗੱਲ ਆ ਉਹ ਇਹ ਆ ਕਿ ਗੰਦਮ ਦਾ ਬੋਲੀ ਦੇ ਅੰਦਰ ਰੇਟ ਵੱਧ ਗਿਆ ਆ, ਬੋਲੀ ਦਾ ਜਿਹੜਾ ਰੇਟ ਆ ਉਹ ਇਜ਼ਾਫਾ ਹੋ ਗਿਆ ਆ, ਅਤੇ ਬੋਲੀ ਲੱਗ ਰਹੀ ਆ ਗੰਦਮ ਦੀ। ਅਤੇ ਗੰਦਮ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ, ਇਸ ਤੋਂ ਬਾਅਦ ਤੁਹਾਨੂੰ ਬੋਲੀ ਛੋਲੀ ਦੇ 'ਚ ਰੇਟ ਜਿਹੜਾ ਲੱਗਦਾ ਵਾ ਉਹਦੇ 'ਚ ਤੁਹਾਨੂੰ ਦੱਸ ਦਿਆਂਗੇ ਕੀ ਇਹਦੀ ਜ਼ਿਆਦਾ ਕੀਮਤ ਲੱਗਦੀ। ਬਾਕੀ ਇਹ ਤਾਂ ਕਨਫਰਮ ਆ ਕਿ ਪਹਿਲੇ ਦੀ ਜਿਹੜੀ ਨਿਸਬਤ ਆ ਨਾ ਜੀ, ਅੱਜ ਕੀਮਤ ਜਿਹੜੀ ਆ ਉਹ ਵੱਧ ਗਈ ਹੋਈ ਆ। ਅਤੇ ਦੇਖਦੇ ਹਾਂ ਜੀ ਕੀ ਰੇਟ 'ਚ ਲੱਗਦਾ ਵਾ, ਬੋਲੀ ਚੱਲ ਰਹੀ ਆ। ਆਓ ਜੀ ਤੁਸੀਂ ਲਾਸਟ ਟਾਈਮ ਕਰ ਲਿਆ ਆਵੇ ਦੁਬਾਰਾ ਪੈਂਦੇ ਆ ਪਾ ਕੇ ਬਾਅਦ ਬਾਅਦ ਅੱਲਾ ਅੱਲਾ ਖੈਰ ਪਹਿਲਾਂ ਮੰਗ ਕੇ ਪਾਉਂਦੇ ਹਾਂ ਉਹਨੂੰ ਕਰਦੇ ਰੁਪਏ ਦੋ ਰੁਪਏ ਕਰ ਹਾਂ ਤੂੰ ਕੁਛ ਪਾ ਲਾ ਪੱਕੇ ਮੈਂ ਪੂਰਾ ਰੇਟ ਦੱਸਣਾ 2700 ਤੇ 27 ਰੁਪਏ ਦੋਸਤ 2700 ਤੇ 27 ਰੁਪਏ ਜੀ। ਅਤੇ ਬਿਹਤਰੀ ਦਾ ਤਰਫ ਜਿਹੜੀ ਗੰਦਮ ਜਾ ਰਹੀ ਹੈ ਜੀ, ਜਿਸ ਤਰ੍ਹਾਂ ਕਿ ਦੋਸਤਾਂ ਨੂੰ ਦੱਸਿਆ ਸੀ ਕਿ ਰੇਟ ਜਿਹੜੇ ਵਾ ਬਹੁਤ ਅੱਛੇ ਹੋ ਰਹੇ, ਇਸੇ ਤਰ੍ਹਾਂ ਹੀ ਅੱਜ ਗੰਦਮ ਜਿਹੜੀ ਕੀਮਤ ਆ 2700 ਤੇ 27 ਰੁਪਏ ਲੱਗੀ। ਹਫ਼ਤੇ ਵਾਲੇ ਦਿਨ ਤੋਂ ਸਮਝੋ ਕਿ ਪੂਰੇ ਜਿਹੜਾ ਬਣਾਓ ਜੀ 75 ਰੁਪਏ ਤੱਕ ਇਹਦੀ ਕੀਮਤ ਉੱਪਰ ਜਾ ਰਹੀ ਹੈ।